ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਹੰਕਾਰੀ ਮੁੱਖ ਮੰਤਰੀ ਨੂੰ ਜਿਹੜਾ ਪੰਜਾਬ ਦੇ ਲੋਕਾਂ ਨਾਲ ਨੌਜਵਾਨਾਂ ਨਾਲ ਠੱਗ ਕੇ ਭਾਵਨਾਵਾਂ ਨਾਲ ਖੇਡ ਕੇ ਮੁੱਖ ਮੰਤਰੀ ਬਣਿਆ ਸੁਣ ਲਵੇ ਤੂੰ ਬੜਾ ਇੱਕ ਤੰਜ ਕਸਿਆ ਸੀ ਮਾਨਸੇ ਵਿੱਚ ਆ ਕੇ ਸੁਣ ਲੈਣ ਮੁੱਖ ਮੰਤਰੀ ਕੇਜਰੀਵਾਲ ਰਾਘਵ ਚੱਡਾ ਤੇ ਝਾੜੂ ਵਾਲੇ ਟੋਪੀ ਵਾਲੇ ਦਿੱਲੀ ਵਾਲੇ ਕੀ ਕਿਹਾ ਸੀ ਤੂੰ ਮਾਨਸੇ ਆ ਕੇ ਕਿ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਵਿੱਚ ਹਿੰਮਤ ਹੈ ਉਹ ਮਾਨਸੇ ਦੀਆਂ ਕੈਂਚੀਆਂ ਤੇ ਆ ਬਿਨਾਂ ਸਿਕਿਉਰਿਟੀ ਉਹ ਆ ਕੇ ਦਿਖਾਵੇ ਇਹੀ ਕਿਹਾ ਸੀ ਏਦਾਂ ਹੀ ਬੋਲਿਆ ਸੀ ਸੁਣ ਲਾ ਸ਼ਰਾਬੀ ਪੰਜਾਬ ਦੇ ਸਭ ਤੋਂ ਵੱਧ ਹੁਣ ਤੱਕ ਦੇ ਝੂਠੇ ਮੁੱਖ ਮੰਤਰੀ ਆ ਸੁਣ ਲਵੇ ਤੇਰੀ ਟੀਮ ਆ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਠੇ ਆ ਸਾਹਮਣੇ ਗੁਰਦੁਆਰਾ ਸਾਹਿਬ ਹੈ ਗੁਰੂ ਸਾਹਿਬ ਦੀ ਓਟ ਹੇਠ ਉਹਦੇ ਡਰ ਤੇ ਭੈ ਦੇ ਵਿੱਚ ਮੈਂ ਬੋਲ ਰਿਹਾ ਪੰਜਾਬ ਦਾ ਨੌਜਵਾਨ ਬੋਲ ਰਿਹਾ ਤੂੰ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਿਨਾਂ ਸਿਕਿਉਰਿਟੀ ਤੋਂ ਮਾਨਸੇ ਦੀਆਂ ਕੈਂਚੀਆਂ ਵਿੱਚ ਆ ਕੇ ਦਿਖਾਵੇ ਜਾਂ ਤੈਨੂੰ ਚੈਲੰਜ ਆ ਅੱਜ ਤੂੰ ਸਿਕਿਉਰਿਟੀ ਨਾਲ ਵੀ ਆ ਕੇ ਦਿਖਾ ਦੇ ਉੱਥੇ ਇਹ ਮੁੱਖ ਮੰਤਰੀ ਨੂੰ ਚੈਲੰਜ ਹੈ ਅੱਜ ਤੂੰ ਮਾਨਸੇ ਦੀਆਂ ਕੈਂਚੀਆਂ ਦੇ ਵਿੱਚ ਸਿਕਿਉਰਿਟੀ ਦੇ ਨਾਲ ਵੀ ਆ ਕੇ ਦਿਖਾ ਦੇ ਜਾ ਕੇ ਦੇਖ ਉੱਥੇ ਅੱਜ ਉੱਥੇ ਧਰਨਾ ਲੱਗਿਆ ਹੋਇਆ ਉੱਥੇ ਕੌਣ ਲੋਕ ਬੈਠੇ ਨੇ ਮਾਨਸੇ ਦੀਆਂ ਕੈਂਚੀਆਂ ਵਿੱਚ ਉੱਥੇ ਬੈਠੇ ਨੇ ਨਸ਼ੇ ਦੇ ਸੁਦਾਗਰਾਂ ਨੇ ਜਿਹੜੀ ਰਾਤ ਇੱਕ ਨੌਜਵਾਨ ਦਾ ਕਤਲ ਕੀਤਾ ਤੂੰ ਕਹਿੰਦਾ ਸੀ ਮੁੱਖ ਮੰਤਰੀ ਕਹਿੰਦਾ ਸੀ ਕਿ ਨਸ਼ਾ ਆਪਣੀ ਵਿਕਦਾ ਸਰਕਾਰਾਂ ਵਿਕਾਉਂਦੀਆਂ ਨੇ ਤੇ ਅੱਜ ਨਸ਼ਾ ਕੌਣ ਵਿਕਾਉਂਦਾ ਬਈ ਸਰਕਾਰ ਨਸ਼ਾ ਵਿਕਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇਰੀ ਛਤਰ ਛਾਇਆ ਹੇਠ ਪੰਜਾਬ ਦੇ ਵਿੱਚ ਪਿੰਡ ਪਿੰਡ ਨਸ਼ਾ ਵਿਕ ਰਿਹਾ ਤੇ ਤੇਰੀ ਸਹਿ ਤੇ ਆ ਖੜੇ ਨੇ ਪੁਲਿਸ ਮੁਲਾਜ਼ਮ ਵੀਰ ਵੀ ਜਾ ਕੇ ਮੇਰੀ ਬੇਨਤੀ ਹੈ ਕਿ ਮੁੱਖ ਮੰਤਰੀ ਤੱਕ ਪਹੁੰਚਾ ਦੇਣ ਸਾਡੀ ਗੱਲ ਕੋਈ ਡਰ ਨਹੀਂ ਕੋਈ ਭੈ ਨਹੀਂ ਸਾਨੂੰ ਅੱਜ ਥਾਣਿਆਂ ਦੇ ਵਿੱਚ ਪਰਚੇ ਦਰਜ ਨਹੀਂ ਹੋ ਰਹੇ ਨਸ਼ਾ ਵੇਚਣ ਵਾਲਿਆਂ ਤੇ ਸਰਕਾਰ ਕਹਿੰਦੀ ਸਾਡੀ ਬਦਨਾਮੀ ਹੋਊਗੀ ਆ ਤੂੰ ਸਿਕਿਉਰਿਟੀ ਨਾਲ ਆ ਕੇ ਦਿਖਾ ਲਾ ਹੁਣੀ ਆ ਉੱਥੇ ਮਾਨਸੇ ਦੀਆਂ ਕੈਂਚੀਆਂ ਚ ਆ ਕੇ ਦਿਖਾ ਤੈਨੂੰ ਚੈਲੰਜ ਆ ਚੈਲੰਜ ਉੱਥੇ ਲੋਕ ਬੈਠੇ ਨੇ ਜਿਨ੍ਹਾਂ ਦਾ ਜਵਾਨ ਪੁੱਤ ਨਸ਼ੇ ਦੇ ਸੁਦਾਗਰਾਂ ਨੇ ਮਾਰ ਦਿੱਤਾ ਤੂੰ ਚੈਲੰਜ ਕਰਦਾ ਸੀ